ਪਹਿਲਾਂ ਕੁਝ ਨਹੀਂ ਕੀਤਾ। ਕਮਾਲ ਦੀ ਗੱਲ ਹੈ। ਓਹੋ ਤੇ ਫਿਰ ਕੀ ਹੋ ਗਿਆ? ਹੋ ਜਾਂਦਾ ਹੁੰਦਾ ਏਦਾਂ ਵਿਆਹ ਵਾਲੇ ਦਿਨ ਹੈ। ਮੈਂ ਤੈਨੂੰ ਨਾ ਲਿਸਟ ਦੀ ਫੋਟੋ ਖਿੱਚ ਕੇ ਭੇਜਦੀ ਹਾਂ, ਸਾਰਾ ਸਮਾਨ ਲੈ ਕੇ ਕੁਝ ਨਾ ਛੱਡੀ ਚੰਗਾ। ਤੇ ਹੁਣ ਇੱਕ ਇੱਕ ਚੀਜ਼ ਥੋੜਾ ਲਿਖਾਂਦੀ ਫਿਰਾਂਗੇ ਤੈਨੂੰ ਫੋਨ ਤੇ। ਚਲੋ ਕੋਈ ਗੱਲ ਨਹੀਂ, ਭੇਜ ਦੋ ਲਿਸਟ। ਹਾਂ ਸੱਚ, ਇੱਕ ਗੱਲ ਹੋਰ, ਤੁਸੀਂ ਉਹ ਗੰਗਾ ਜਲ ਲੈ ਲਿਆ ਸੀ ਕਿ ਨਹੀਂ? ਮੈਥੋਂ ਨਹੀਂ ਲਿਆ ਹੁੰਦਾ ਗੰਗਾ ਗੁੰਗਾ ਜਲ, ਸਮਝ ਗਿਆ? ਜਿਹੜਾ ਪਿਆ ਨਾ ਘਰੇ ਥੋੜਾ ਬਾਅਦ ਓਨਾ ਹੀ ਕੰਮ ਸਾਰਨਾ ਪੈਣਾ। ਹੁਣ ਮੈਂ ਗੰਗਾ ਜਲ ਵੀ ਲੈਣ ਜਾਵਾਂ ਹੈ ਸਾਰੇ ਕੰਮ ਛੱਡ ਕੇ। ਇੱਕ ਗੰਗਾ ਜਲ ਤਾਂ ਲਿਆਉਣਾ ਸੀ ਭੂਆ ਜੀ, ਤੁਹਾਡੇ ਤੋਂ ਉਹ ਵੀ ਨਹੀਂ ਲਿਆ ਹੋਇਆ, ਉਹ ਵੀ ਮੈਂ ਲਿਆਵਾਂ। ਰੌਕੀ ਤੈਨੂੰ ਮਲਹਾਰ ਦੀ ਹਾਲਤ ਪਤਾ ਹੈ? ਤੁਰਨ ਜੋਗਾ ਨਹੀਂ ਹੈ ਮੁੰਡਾ, ਤੁਰਨ ਜੋਗਾ, ਤੇ ਮੈਂ ਉਹਨੂੰ ਛੱਡ ਕੇ ਗੰਗਾ ਜਲ ਲੈਣ ਜਾਵਾਂ ਹੈ। ਚਲੋ ਕੋਈ ਗੱਲ ਨਹੀਂ, ਗੰਗਾ ਜਲ ਵੀ ਮੈਂ ਹੀ ਲਿਆਉਂਗਾ, ਜਿੱਥੇ ਇੰਨਾ ਕੁਛ ਹੋਣਾ ਉੱਥੇ ਗੰਗਾ ਜਲ ਵੀ ਆ ਜਾਊ। ਗੀਤ ਕੀ ਕਿਹਾ ਤੂੰ? ਭੂਆ ਜੀ ਮੈਨੂੰ ਇਦਾਂ ਲੱਗਿਆ ਜਿਵੇਂ ਮੈਂ ਹੁਣੇ ਹੁਣੇ ਗੀਤ ਨੂੰ ਦੇਖਿਆ ਹੁੰਦਾ, ਜਿਵੇਂ ਮੇਰੇ ਕੋਲ ਦੀ ਲੰਘੀ ਹੋਵੇ। ਕੌਣ ਲੰਘਿਆ ਤੇਰੇ ਕੋਲੋਂ? ਗੀਤ ਭੂਆ ਜੀ, ਗੀਤ। ਤੇਰੇ ਨਾ ਦਿਮਾਗ ਨੂੰ ਗਰਮੀ ਚੜ ਗਈ ਹੈ, ਗਰਮੀ ਬਾਜ਼ਾਰ ਚ ਘੁੰਮਦਿਆਂ ਘੁੰਮਦਿਆਂ। ਗੀਤ ਨਾ ਪਾਗਲਖਾਨੇ ਆ, ਪਾਗਲਖਾਨੇ, ਓਹੀ ਕਿਸੇ ਕਮਰੇ ਚ ਬੇਹੋਸ਼ ਪਈ ਹੋਣੀ। ਉਹ ਤਾਂ ਮੈਨੂੰ ਵੀ ਪਤਾ ਭੂਆ ਜੀ ਕਿ ਉਹ ਪਾਗਲਖਾਨੇ ਆ, ਮੈਂ ਐਵੇਂ ਹੋਰ ਕਿਸੇ ਨੂੰ ਗੀਤ ਥੋੜੀ ਬਣਾ ਦੂੰਗਾ। ਅੰਨਾ ਹੋ ਗਿਆ ਤੂੰ, ਅੰਨਾ, ਐਨਕਾਂ ਲਵਾ ਜਾ ਕੇ ਐਨਕਾਂ। ਤੁਸੀਂ ਮੇਰੀ ਗੱਲ ਮੰਨਦੇ ਕਿਉਂ ਨਹੀਂ ਭੂਆ ਜੀ? ਮੈਂ ਤੇਰੀ ਨਾ ਕੋਈ ਗੱਲ ਗੁੱਲ ਨਹੀਂ ਮੰਨੀ, ਜਿਹੜਾ ਤੈਨੂੰ ਕੰਮ ਕਿਹਾ ਨਾ ਚੁੱਪ ਚਾਪ ਹੋ ਕਰ, ਸਾਰਾ ਕੰਮ ਹੋ ਜਾਣਾ ਚਾਹੀਦਾ ਤੇ ਮੇਰਾ ਦਿਮਾਗ ਨਾ ਖਾ। ਪਤਾ ਨਹੀਂ ਕੀ ਕਹੀ ਜਾਂਦਾ, ਚੱਲ ਫੋਨ ਰੱਖ। ਗੱਲ ਤਾਂ ਸਹੀ ਆ ਕਮੋ ਭੂਆ ਜੀ, ਗੀਤ ਤਾਂ ਪਾਗਲਖਾਨੇ ਵਿੱਚ ਹੈ, ਪਰ ਇਹ ਕੌਣ ਸੀ? ਕਿਤੇ ਮੇਰੀਆਂ ਅੱਖਾਂ ਸੱਚੀ ਤਾਂ ਨਹੀਂ ਖਰਾਬ ਹੋ ਗਈਆਂ? ਮੈਨੂੰ ਲੱਗਦਾ ਐਨਕਾਂ ਲਵਾਉਣੀਆਂ ਪੈਣੀਆਂ। ਮੰਮੀ, ਮੰਮੀ ਜੀ। ਕੀ ਮੰਮੀ? ਮੰਮੀ ਲੈ ਬੱਚਿਆਂ ਵਾਂਗ, ਚਲੋ ਮੇਰੇ ਨਾਲ ਚਲੋ। ਕਿੱਥੇ ਚੱਲਾਂ ਤੇਰੇ ਨਾਲ? ਅੱਜ ਮਲਹਾਰ ਬਰੋ ਦਾ ਵਿਆਹ ਹੈ ਤੇ ਤੁਸੀਂ ਵਟਨੇ ਦੀ ਤਿਆਰੀ ਨਹੀਂ ਕਰਨੀ? ਓਹੋ, ਹੁਣ ਵਟਨੇ ਦੀ ਤਿਆਰੀ ਵੀ ਮੈਨੂੰ ਹੀ ਕਰਨੀ ਪੈਣੀ ਹੈ, ਤੇ ਹੋਰ ਕੌਣ ਕਰੂਗਾ? ਮੰਮੀ ਜੀ, ਮੈਨੂੰ ਤਾਂ ਪਤਾ ਵੀ ਨਹੀਂ ਕਿ ਕਰਨਾ ਕੀ ਹੁੰਦਾ, ਮੈਂ ਤਾਂ ਬਸ ਇੱਕ ਫੁਲਕਾਰੀ ਲਿਆਈ ਹਾਂ ਰਸਮ ਵਾਸਤੇ। ਆਹੋ, ਇੱਥੇ ਤਾਂ ਕਿਸੇ ਨੂੰ ਕੁਛ ਪਤਾ ਹੀ ਨਹੀਂ ਕਰਨਾ ਕੀ, ਸਾਰਾ ਕੁਛ ਮੈਨੂੰ ਹੀ ਕਰਨਾ ਪੈਣਾ। ਇਹਦੇ ਨਾਲ ਚੰਗਾ ਤੇ ਮੈਂ ਹੀ ਦੁਬਾਰਾ ਫੇਰੇ ਲੈ ਲੈਂਦੀ, ਘੱਟੋ ਘੱਟ ਮੈਨੂੰ ਇੰਨਾ ਕੰਮ ਤੇ ਨਹੀਂ ਨਾ ਕਰਨਾ ਪੈਂਦਾ। ਤੁਸੀਂ ਦੁਬਾਰਾ ਫੇਰੇ ਲੈਣੇ ਮੰਮੀ ਜੀ, ਤੇ ਪਾਪਾ ਜੀ ਦਾ ਕੀ ਬਣੂਗਾ? ਗੱਲ ਕੀਤੀ ਹੈ ਮੈਂ, ਹਾਂ ਫੇਰੇ ਨਹੀਂ ਲੈਣ ਲੱਗੀ, ਵੇਖੋ ਕਿਦਾਂ ਦੰਦ ਕੱਢਦੀ ਪਈ, ਐਡੀ ਕੀ ਗੱਲ ਹੋ ਗਈ ਦੰਦ ਕੱਢਣ ਵਾਲੀ। ਚੱਲ ਮੇਰੇ ਨਾਲ ਕੰਮ ਕਰਾ, ਮੇਰੇ ਨਾਲ ਚੱਲ ਕੰਮ ਕਰਾ, ਮੇਰੇ ਨਾਲ ਚੱਲ। ਉਹਦਾ ਤੇ ਤੂੰ ਪੂਰੀ ਰੂਹ ਨਾਲ ਜੇ ਕੇ ਸਾਹਿਬ ਦਾ ਸਾਥ ਦਿੰਦੀ ਫਿਰਦੀ ਆ, ਤੇ ਜੇ ਕੇ ਸਾਹਿਬ ਵੀ ਧੱਕੇ ਨਾਲ ਮੇਰੇ ਪੁੱਤਰ ਨੂੰ ਇਸ ਨਵੇਂ ਰਿਸ਼ਤੇ ਦੀਆਂ ਬੇੜੀਆਂ ਚ ਬਣਨਾ ਚਾਹੁੰਦੇ ਨੇ, ਪਰ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਮੇਰਾ ਪੁੱਤਰ ਨਹੀਂ ਬਚੇਗਾ ਇਸ ਰਿਸ਼ਤੇ ਵਿੱਚ। ਇਹ ਤਾਂ ਟਾਈਮ ਹੀ ਦੱਸੂਗਾ ਵੱਡੀ ਭਾਬੀ ਜੀ, ਨਾਲੇ ਅਸੀਂ ਕਿਹੜਾ ਤੁਹਾਡੇ ਕੋਲੋਂ ਕੁਛ ਲੁਕੋ ਕੇ ਕਰਦੇ ਪਏ ਹਾਂ, ਹੈ ਤੁਹਾਡੇ ਸਾਹਮਣੇ ਹੈ ਸਾਰਾ ਕੁਛ। ਬਸ ਵੇਖੀ ਜਾਓ, ਤੁਹਾਡਾ ਪੁੱਤਰ ਤੁਹਾਡੇ ਸਾਹਮਣੇ ਇਸ ਰਿਸ਼ਤੇ ਚ ਬੱਜੂਗਾ, ਤੇ ਉਹਦੇ ਕੋਲੋਂ ਕਿਤੇ ਭੱਜ ਵੀ ਨਹੀਂ ਹੋਣਾ। ਰਿਸ਼ਤੇ ਧੱਕੇ ਨਾਲ ਨਹੀਂ ਜੋੜੇ ਜਾਂਦੇ ਕੰਮੋ, ਰਿਸ਼ਤੇ ਪਿਆਰ ਨਾਲ ਜੁੜਦੇ ਆ, ਤੇ ਜਿਹੜੇ ਰਿਸ਼ਤੇ ਧੱਕੇ ਨਾਲ ਜੋੜੇ ਜਾਂਦੇ ਆ ਨਾ, ਉਹਨਾਂ ਦੀ ਕੋਈ ਉਮਰ ਨਹੀਂ ਹੁੰਦੀ। ਬਸ ਇਹੀ ਜਿੱਦ ਵੱਡੀ ਭਾਬੀ ਜੀ, ਇਹੀ ਜਿੱਦ ਤੁਹਾਨੂੰ ਲੈ ਡੁੱਬੇਗੀ। ਤੁਸੀਂ ਬਸ ਆਹੀ ਸੋਚਦੇ ਰਹਿਣਾ, ਤੇ ਉਧਰੋਂ ਸਿਮੋਨ ਨੇ ਮਹਿਰਾ ਉਸਦੀ ਨੂੰਹ ਬਣ ਕੇ ਇਸ ਘਰ 'ਚ ਐਂਟਰੀ ਵੀ ਮਾਰ ਲੈਣੀ ਹੈ। ਮੈਂ ਆਪਦਾ ਰਾਹ ਡੱਕ ਲਵਾਂਗੀ, ਪਰ ਉਹਨੂੰ ਕਦੇ ਵੀ ਕਦੇ ਵੀ ਇਸ ਘਰ ਦੀ ਨੂੰਹ ਨਹੀਂ ਬਣਨ ਦੇਵਾਂਗੀ। ਕੰਮੋ, ਤੁਸੀਂ ਉਹਦਾ ਰਾਹ ਡੱਕੋਗੇ ਵੱਡੀ ਭਾਬੀ ਜੀ? ਨਹੀਂ ਨਹੀਂ ਨਹੀਂ, ਤੁਸੀਂ ਇੱਦਾਂ ਬਿਲਕੁਲ ਨਹੀਂ ਕਰੋਗੇ, ਨਾ ਬਿਲਕੁਲ ਨਹੀਂ ਕਰੋਗੇ। ਤੁਸੀਂ ਆਪ ਆਪਣੇ ਹੱਥੀ ਉਹਦੇ ਗ੍ਰਹਿ ਪ੍ਰਵੇਸ਼ ਦਾ ਸ਼ਗਨ ਨਿਭਾਓਗੇ ਤੇ ਉਹਨੂੰ ਇਸ ਘਰ ਦੇ ਅੰਦਰ ਵੀ ਵਾੜੋਗੇ। ਤੁਸੀਂ ਜਿੰਨਾ ਮਰਜ਼ੀ ਜ਼ੋਰ ਲਗਾ ਲਓ, ਪਰ ਮੇਰੇ ਮਲਹਾਰ ਤੇ ਗੀਤ ਦਾ ਪਿਆਰ ਸੱਚਾ ਹੈ, ਤੇ ਜਿਨ੍ਹਾਂ ਦਾ ਪਿਆਰ ਸੱਚਾ ਹੁੰਦਾ ਹੈ ਨਾ, ਉਹਨਾਂ ਦਾ ਮਾਤਾ ਰਾਣੀ ਜ਼ਰੂਰ ਸਾਥ ਦਿੰਦੀ ਹੈ, ਤੇ ਮੈਨੂੰ ਪੱਕਾ ਯਕੀਨ ਹੈ ਕਿ ਇਹ ਵਿਆਹ ਕਦੇ ਵੀ ਨਹੀਂ ਹੋਵੇਗਾ। ਤੁਹਾਨੂੰ ਅਜੇ ਵੀ ਸ਼ੱਕ ਹੈ? ਅਜੇ ਵੀ ਇਹੀ ਸੋਚਦੇ ਪਏ ਹੋ ਕਿ ਇਹ ਵਿਆਹ ਨਹੀਂ ਹੋਵੇਗਾ? ਹਾਂ, ਯਕੀਨ ਹੈ ਕਿ ਇਹ ਵਿਆਹ ਕਦੇ ਨਹੀਂ ਹੋਵੇਗਾ, ਕਿਉਂਕਿ ਜਿਹਦੇ ਨਾਲ ਤੁਸੀਂ ਵਿਆਹ ਕਰਨ ਨੂੰ ਫਿਰਦੇ ਹੋ ਉਹ ਤਾਂ ਵਿਆਹ ਲਈ ਰਾਜੀ ਨਹੀਂ। ਤੁਸੀਂ ਮਲਹਾਰ ਦੀ ਗੱਲ ਕਰਦੇ ਪਏ ਹੋ ਨਾ?
ਉਹਦੇ ਤਿਆਰ ਹੋਣ ਨਾਲ ਨਾ ਤਿਆਰ ਹੋਣ ਨਾਲ ਕੋਈ ਫਰਕ ਨਹੀਂ ਪੈਂਦਾ। ਸਿਮੋਨ ਨਾਲ ਮਲਹਾਰ ਦਾ ਵਿਆਹ ਹੋਵੇਗਾ ਹੀ ਹੋਵੇਗਾ। ਵਿਆਹ? ਉਹ ਵਿਆਹ ਕਰਾਉਣ ਦੀ ਹਾਲਤ ਚ ਹੈ? ਤੁਹਾਨੂੰ ਪਤਾ ਹੈ ਕਿੰਨਾ ਬਿਮਾਰ ਹੈ ਮੇਰਾ ਪੁੱਤਰ? ਬਿਮਾਰ ਪਿਆ ਹੈ ਨਾ, ਤੰਦਰੁਸਤ ਵੀ ਹੋ ਜਾਵੇਗਾ ਕਿਉਂਕਿ ਇਹਦੀ ਹੋਣ ਵਾਲੀ ਵਹੁਟੀ ਉਹਦੀ ਸੇਵਾ ਕਰਦੀ ਪਈ ਹੈ। ਉਸਨੇ ਜ਼ਿੰਮੇਵਾਰੀ ਲਿੱਤੀ ਉਸਦੇ ਤੰਦਰੁਸਤ ਹੋਣ ਲਈ। ਸਿਮੋਨ ਦੀ ਸੇਵਾ? ਸਿਮੋਨ ਦੀ ਸੇਵਾ ਨਾਲ ਕੋਈ ਵੀ ਤੰਦਰੁਸਤ ਨਹੀਂ ਹੁੰਦਾ ਜੇ ਕੇ ਸਾਹਿਬ। ਤੁਹਾਡਾ ਇਹ ਭੁਲੇਖਾ ਵੀ ਬਹੁਤ ਜਲਦੀ ਦੂਰ ਹੋ ਜਾਵੇਗਾ। ਮਲਹਾਰ ਹੀ ਤੰਦਰੁਸਤ ਨਹੀਂ ਹੋਵੇਗਾ, ਸਗੋਂ ਮੇਰਾ ਹਾਊਸ ਦਾ ਮਾਹੌਲ ਪਹਿਲੇ ਨਾਲੋਂ ਕਿਤੇ ਜ਼ਿਆਦਾ ਖੁਸ਼ਗਵਾਰ ਹੋ ਜਾਵੇਗਾ ਸਿਰਫ ਸਿਮੋਨ ਦੇ ਆਉਣ ਕਰਕੇ। ਤੁਹਾਨੂੰ ਆਪਣੀਆਂ ਗੱਲਾਂ ਤੇ ਹਾਸਾ ਨਹੀਂ ਹੁੰਦਾ ਜੇ ਕੇ ਸਾਹਿਬ? ਤੁਸੀਂ ਸਿਮੋਨ ਤੋਂ ਇਹ ਮਹਿਰਾ ਹਾਊਸ ਸਵਾਰਨ ਦੀ ਆਸ ਕਰਦੇ ਪਏ ਹੋ? ਕਿਉਂ, ਕੀ ਕਮੀ ਹੈ ਸਿਮੋਨ ਦੇ ਵਿੱਚ? ਉਹ ਵੀ ਬਾਕੀ ਕੁੜੀਆਂ ਵਾਂਗ ਆਪਣੇ ਸਹੁਰੇ ਘਰ ਦੀ ਜ਼ਿੰਮੇਵਾਰੀ ਸੰਭਾਲ ਲਵੇਗੀ, ਸਵਾਰ ਦੇਵੇਗੀ ਮਹਿਰਾ ਹਾਊਸ ਨੂੰ। ਇਹ ਮਹਿਰਾ ਹਾਊਸ ਉਹਦਾ ਸਹੁਰਾ ਘਰ ਤਾਂ ਹੀ ਬਣੇਗਾ ਜੋ ਇਸ ਘਰ ਦੀ ਨੂੰਹ ਬਣੇਗੀ ਜੇ ਕੇ ਸਾਹਿਬ। ਅੱਜ ਤੇ ਮਲਹਾਰ ਤੇ ਸਿਮੋਨ ਦਾ ਵਿਆਹ ਵੀ, ਜੇ ਕਿਤੇ ਸੱਚੀ ਗੀਤ ਹੋਈ ਜਿਹਨੂੰ ਮੈਂ ਵੇਖਿਆ ਸੀ, ਤਾਂ ਇਹ ਵਿਆਹ ਵਿੱਚ ਕੋਈ ਨਵਾਂ ਜੱਪ ਪਾ ਸਕਦੀ ਹੈ। ਮੈਂ ਆਪਣਾ ਸ਼ੱਕ ਕੱਢੇ ਬਿਨਾਂ ਘਰ ਨਹੀਂ ਜਾਣਾ। ਰੋਕੀ ਤਾਂ ਮੈਨੂੰ ਹੀ ਲੱਭਦਾ ਪਿਆ, ਕਿਤੇ ਨਿਗਾਹ ਹੀ ਨਾ ਪੈ ਜਾਵੇ ਉਹਦੀ ਮੇਰੇ ਤੇ। ਕਿਤੇ ਦਿਸਦੀ ਤਾਂ ਹੈ ਨਹੀਂ, ਪਰ ਮੈਨੂੰ ਏਡਾ ਵੱਡਾ ਭੁਲੇਖਾ ਕਿਵੇਂ ਲੱਗ ਸਕਦਾ? ਜੇ ਇਹ ਹੋਰ ਕੁੜੀ ਸੀ ਤਾਂ ਵੀ ਇੰਨੀ ਸ਼ਕਲ ਕਿੱਦਾਂ ਮਿਲ ਸਕਦੀ ਉਹਦੇ ਗੀਤ ਨਾਲ? ਆਈ ਐਮ ਸੌਰੀ, ਤੁਹਾਨੂੰ ਲੱਗੀ ਤਾਂ ਨਹੀਂ, ਤੁਸੀਂ ਠੀਕ ਹੋ? ਮੈਂ ਠੀਕ ਹਾਂ ਜੀ, ਮੇਰਾ ਹੱਥ ਤਾਂ ਪਹਿਲਾਂ ਹੀ ਦੁਖਦਾ। ਓ ਆਈ ਐਮ ਸੌਰੀ, ਮੈਂ ਤਾਂ ਦੁਬਾਰਾ ਦਿਖਾਤਾ ਹਨਾ, ਜ਼ਿਆਦਾ ਤਾਂ ਨਹੀਂ ਵੱਜ ਗਈ ਤੁਹਾਡੇ? ਕੋਈ ਗੱਲ ਨਹੀਂ, ਮੈਂ ਠੀਕ ਹਾਂ। ਇੱਕ ਮਿੰਟ ਦੀ, ਇੱਕ ਮਿੰਟ ਪਲੀਜ਼। ਦੀ ਤੁਸੀਂ ਗੀਤ ਢੋਲੀ ਹੋ ਨਾ? ਹਾਂਜੀ, ਪਰ ਤੁਹਾਨੂੰ ਕਿੱਦਾਂ ਪਤਾ? ਓ ਹਾਂ, ਇੱਕ ਮਿੰਟ।